ਅਸਲਾਮੁ ਅਲੈਕੁਮ ਮੇਰੇ ਸੱਜਣੋ ਮਿੱਤਰੋ ਬੇਲੀਓ, ਮੈਂ ਹਾਂ ਤੁਹਾਡਾ ਵੀਰ ਤੁਹਾਡਾ ਮਿੱਤਰ ਵਜ਼ੀਰ ਅਲੀ, ਤੇ ਤੁਸੀਂ ਵੇਖ ਰਹੇ ਜੇ ਨਫਾ ਟੀਵੀ HD। ਮੇਰੇ ਸੱਜਣੋ ਮਿੱਤਰੋ ਬੇਲੀਓ, ਸਿਆਣੇ ਕਹਿੰਦੇ ਨੇ ਕਿ ਇਸ ਦੁਨੀਆਂ 'ਤੇ ਰੱਖੋ ਬੰਦਿਆ ਐਸਾ ਬਹਿਣ ਖਲੋਣ, ਇਸ ਦੁਨੀਆਂ 'ਤੇ ਰੱਖੋ ਬੰਦਿਆ ਐਸਾ ਬਹਿਣ ਖਲੋਣ, ਤੂੰ ਹੋਵੇਂ ਤੇ ਹੱਸਣ ਲੋਕੀ, ਨਾ ਹੋਵੇਂ ਤੇ ਰੋਣ। ਮੇਰਾ ਸੱਜਣੋ ਮਿੱਤਰੋ ਬੇਲੀਓ, ਅੱਜ ਮੈਂ ਤੁਹਾਨੂੰ ਪਾਕਿਸਤਾਨ ਦੇ ਮਾਇਨਾਜ਼ ਮਸ਼ਹੂਰੋ ਮਾਰੂਫ ਪੱਪੂ ਕਿੰਗ ਦੇ ਓਨਰ ਦਾ ਇੰਟਰਵਿਊ ਦਿਖਾਉਣਾ, ਅਤੇ ਥੋੜ੍ਹਾ ਜਿਹਾ ਪੱਪੂ ਕਿੰਗ ਵੀ ਦਿਖਾਉਣਾ, ਅਤੇ ਪੱਪੂ ਕਿੰਗ ਦੇ ਪੋਤਰੇ ਪੱਪੂ ਕਿੰਗ ਦੀ ਨਸਲ ਦੇ 3 ਕੁੱਤੇ ਤੁਹਾਨੂੰ ਦਿਖਾਉਣੇ ਨੇ, ਅਤੇ ਕੁੱਤੇ ਵੀ ਬੜੇ ਕਮਾਲ ਦੇ ਨੇ, ਅਤੇ ਸਭ ਤੋਂ ਕਮਾਲ ਦੀਆਂ ਚੌਧਰੀ ਸ਼ੌਕਤ ਸਦਵਾਲ ਦੀਆਂ ਗੱਲਾਂ ਜਿਨ੍ਹਾਂ ਦੇ ਕੋਲ ਸੀ ਜਨਾਬ ਪੱਪੂ ਕਿੰਗ। ਆਓ ਸਾਡੇ ਨਾਲ, ਤੁਹਾਨੂੰ ਦਿਖਾਈਏ ਜਨਾਬ ਅਸੀਂ ਚੌਧਰੀ ਸ਼ੌਕਤ ਸਦਵਾਲ ਦਾ ਇੰਟਰਵਿਊ, ਅਤੇ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਉਹਨਾਂ ਦੇ। ਇੱਕ ਪੱਪੂ ਕਿੰਗ ਦਾ ਪੁੱਤਰ ਹੈ, 2 ਉਹਦੇ ਦੋਤਰੇ, ਅਸੀਂ ਤੁਹਾਨੂੰ ਸਾਰੀਆਂ ਗੱਲਾਂ ਤੁਹਾਨੂੰ ਪਤਾ ਲੱਗਣਗੀਆਂ ਵੀਡੀਓ ਵੇਖਣ ਤੋਂ ਬਾਅਦ। ਆਓ ਸਾਡੇ ਨਾਲ, ਤੁਹਾਨੂੰ ਦਿਖਾਈਏ ਬਿਊਟੀਫੁੱਲ ਇੰਟਰਵਿਊ ਅਤੇ ਬਿਊਟੀਫੁੱਲ ਡੌਗ। ਸਰ 1982 ਤੋਂ ਲੱਗ ਕੇ ਅੱਜ ਤੱਕ ਸ਼ਿਕਾਰ ਚ ਹਾਂ। 82 ਤੋਂ ਪਹਿਲਾਂ ਕੁੱਤਾ ਰੱਖਿਆ ਜੀ, ਔਰ ਉਹ ਕੁੱਤਾ ਸੱਲਿਆ ਬਦਿਆਲ ਤੋਂ, ਡੱਬੇ ਰੰਗ ਦਾ ਕੁੱਤਾ ਸੀ, ਉਹ 3-4 ਸਾਲ ਤੋਂ ਲੜਦਾ ਰਿਹਾ। ਉਸ ਤੋਂ ਬਾਅਦ ਜੋਈਆਂ ਵਾਲਾ ਕੁੱਤਾ ਆਇਆ ਜੀ। ਉਹਦਾ ਕੱਦ ਤਕਰੀਬਨ 31.5 ਇੰਚ। ਉਹ ਜਨਾਬ ਪਹਿਲਾ ਮੈਚ 46 ਮਿੰਟ ਲੜਿਆ ਜੀ, 46 ਮਿੰਟ। ਹਾਂਜੀ, ਔਰ 46 ਮਿੰਟ ਤੋਂ ਬਾਅਦ ਉਹ ਗਾਡੀ ਉਹ ਲੜਿਆ ਸੀ, 46 ਮਿੰਟਾਂ ਬਾਅਦ ਉਹ ਵਧਿਆ, ਔਰ ਤਕਰੀਬਨ 47 ਜਫੀਆਂ ਡੱਠਾ ਪੀ ਗਿਆ, 47 ਦਫਾ ਗਿਰਿਆ, ਉਸ ਤੋਂ ਬਾਅਦ ਵਧਿਆ। ਦੂਸਰਾ ਜੋਈਆਂ ਵਾਲਾ ਕੁੱਤਾ ਜੀ, ਉਹ ਮੈਂ ਲੈ ਆਂਦਾ ਸੀ ਆਰਫ ਵਾਲੇ ਤੋਂ, ਉਹਨੇ 6 ਮੈਚ ਲੜਿਆ, ਔਰ ਉਹ ਕੋਰਾ ਹੀ ਜਿਹੜਾ ਨਾ ਮਰਿਆ ਵਾ ਫਿਰ ਵਾਦੇ। ਰੱਤਾ ਡੱਬਾ ਜੀ, ਕੱਦ ਤਕਰੀਬਨ 31 ਇੰਚ। ਉਸ ਤੋਂ ਬਾਅਦ ਸਿਕੰਦਰ ਜੋਈਆ ਨਵੇਂ ਮੋੜ ਤੋਂ, ਉਹਦੇ ਕੋਲ ਕੁੱਤਾ ਲਿਆ ਜੀ, ਉਹ ਸ਼ਬੀਰ ਸੰਧੂ ਨਾਲ ਗਾਡੀ ਉਹ ਕਲੜਿਆ ਸੀ, ਉਹ ਵੀ ਵਧਿਆ ਜੀ, ਬਾਅਦ ਵਿੱਚ ਮਰ ਗਿਆ ਸੀ। ਬਾਅਦ ਵਿੱਚ ਹੋਰ ਕਾਫੀ ਕੁੱਤੇ ਆਏ ਨੇ, ਔਰ ਜਿੱਥੋਂ ਨਾਮ ਸ਼ੁਰੂ ਹੋਇਆ ਉਹ ਪੱਪੂ ਤੋਂ, ਪੱਪੂ ਕਿੰਗ ਤੋਂ। ਉਹ ਪਹਿਲਾ ਮੈਚ ਲੜਿਆ ਜੀ 8-8 ਡੋਗਰਾਂ, ਔਰ ਉਸ ਪੂਰੇ ਪਿੜੇ ਚ ਹਲਚਲ ਮਚਾ ਦਿੱਤੀ ਹੈ, ਔਰ ਉਹ 5-7 ਮਿੰਟ 'ਚ ਵਧਿਆ, ਕਿ ਪੇੜੇ 'ਚ ਇਤਨੀ ਦੂਰ ਹੋ ਗਈ ਹੈ ਕਿ ਬੰਦੇ ਵੀ ਨਜ਼ਰ ਨਾ ਸੁਣਾ ਰਹੇ। ਉਹ ਜਿਸ ਦਿਨ ਉੱਥੇ ਲੜਿਆ, ਉਸ ਤੋਂ ਬਾਅਦ ਇਹ ਅਸਾਂ ਇੱਕ ਤਹੀਆ ਕੀਤਾ ਕਿ ਸਾਨੂੰ ਸ਼ੌਕ ਨਾ ਲੱਖੀਏ ਨਾਲ ਹੈ ਲੜਾਉਣ ਦੀ। ਉਹ ਸਾਡੇ ਭਾਈ ਨੂੰ ਜ਼ੁਲਫਕਾਰ ਕੱਟਾ, ਉਹਨੂੰ ਕਹਿ ਕੇ ਅਤੇ ਅਸਾਂ ਕਸ਼ਮੀਰ 'ਚ ਗੱਡ ਕੀਤਾ, ਔਰ ਮੁਖਾਲਫ ਟੀਮ ਜਿਹੜੀ ਹੈ ਉਹ ਸਾਡੇ ਘਰ ਤਕਰੀਬਨ ਆਈ ਹੈ 100 ਗੱਡੀ ਲੈ ਕੇ। ਉਹਨਾਂ ਆਖਿਆ ਕਿ ਕੁੱਤਾ ਜਿਹੜਾ ਤੁਸੀਂ ਸਾਨੂੰ ਮੁੱਲ ਦੇ ਦਿਓ, 50 ਲੱਖ ਦੀ ਆਫਰ ਉਹਨਾਂ ਕੀਤੀ ਹੈ, ਪੱਪੂ ਕਿੰਗ ਦੀ ਆਫਰ ਕੀਤੀ ਨਾ 50 ਲੱਖ ਦੀ, ਬਈ ਤੁਸੀਂ ਕੁੱਤਾ ਸਾਡੀ ਤਰਫੋਂ ਲੜਾਓ, 50 ਲੱਖ ਵੀ ਲੈ ਲਓ, ਅਤੇ ਕੁੱਤਾ ਜਿਹੜਾ ਜਿੱਤ ਗਿਆ ਤੁਸੀਂ ਆਪਣਾ ਵਾਪਸ ਲੈ ਲਵੇ।
मैं उन्होंने कहा कि तुसी 2 करोड़ भी दियो जुल्फकार कट्टा मेरा भाई है ये उसकी तरफ लड़ेगा। ये कुत्ता उत्थे गाड़ी होया जी, गाड़ी होने तो बाद वो फिल्मा पूरे पाकिस्तान पूरी दुनिया चलिया, कुत्ता ना लखी नू भी मारिया। बाद चो अगला मैच कश्मीर आलिया शेरू कुत्ता ले आंदा। शेरू के दहाई कुत्ता, शेरू कुत्ता ए उन्ना मुल लिया जी अथो उकाड़े तो। ओनर कौन है शेरू कुत्ते दा? उदा ओनर आसी जी अपना ताज मुगी, ताज मुगी। ओ उसने में उसराया जी किंग ने, पप्पू किंग ने। बाद साडे भाई रियाज खान बारड़ा, ओदा कुत्ता जट्टा ला, ए नथे मैच होया जी, नथे बोदले। ओ बाद जी उदे नाल लड़िया जी, उसने भी उस मारिया। राजे पहला मैच राजे दा कुत्ता थी चार चक तो, चीचा वतनी तो चार चक कसवाल, पहला मैच उदे नाल लड़िया जी, और उसने भी 5-7 मिंट मारिया। बाद चेड़ा जी कुत्ता सा रिटायर कर दिता जट्टाले तो बाद। ओ कुत्ता कराची चला जा जी खान का जुम दे कोल ब्रीडिंग आस्ते, ओ खान उसकी ब्रीडिंग लईए ते पप्पू किंग दी, और उदे कोल ब्रीडिंग कुत्तियां दी वजह तो या जो भी मसला उस कोल कुत्ते अगर नहीं चले, साडे कोल उसकी फिलहाल पप्पू का बच्चा है, पप्पू के पोतरे हैं, पप्पू के दोतरे हैं, और 2 कुत्ते असी हुण लै के नाल आए हुए हैं पप्पू के दोतरे, और उन्होंने तुहानू शो कराने थोड़ी देर बाद, उन्होंने तुसी तस्वीर लै लै सो। अच्छा सर मेरा एक सवाल ये है कि जदों तुसी पप्पू किंग नू 9 लखिया नाल जी जी जदों गाड़ी कीता है जी, तुहाडी तुहानू की फील होया कितने वड्डे कुत्ते नाल तुसी गाड़ी कीता, लोगां ने कुछ तुहानू गल कीती कि तुहाडे दिल भाईजान? भाईजान इस मैच तो पहले एक मैच होया सी, उन्हें कुत्ते दा पेट चाक कर दिता सी, 9 लखिए ने। असा उस दिन ही तैयार कर लिया सी कि अगला मैच असा 9 लखिए नाल लड़ना। अगर साडा कुत्ता इस नू ना मारे तो साडा कुत्ता ही नहीं। सर उस वक्त अपने पप्पू किंग दी उम्र कितनी आई? जिस टाइम 9 लखिए नाल लड़िया जी उस दिन पूरे 2.5 साल उम्र सी, पूरे फुल जवान सी। पप्पू किंग दा कद तकरीबन कितना है? पप्पू किंग दा घर दे विच 31.5 सी जी, अगर जिसले पेड़े जांदा सी उसला 34 इंच, पेड़े 34 इंच तक अतने शौखी करदा सी। क्या बात! ओ तो वीडियो तुहाडे कोल होएगी या तुहानू असीं दे देने आ, वीडियो हो सकदा साडे कोल हुण भी मौजूद होवे जिहड़ा 9 लखिए नाल लड़िया। ओ तो मेरे को वीडियो है। और 9 लखिए नाल जिस टाइम लड़िया उस दिन पूरी दुनिया चाइना ताई बंदे आए सन, और चाइना ने भी सन ऑफर की थी सी, जो मुंह मंगो करोड़ तक सन देंदे सन। असा उन्हां कोलों पुछिया भी तुसी किस वास्ते लैंदे हो कि सन शौक है? असा कह साडे तो सन ज्यादा शौक है, और 1 करोड़ रुपया साडे असा कोई चीज नहीं। अच्छा सर जिस टाइम 9 लखिए नाल लड़ रहा है जी जी, 9 लखिए पहले शुरू से जो बड़ा मारिया जी, तुहाडा दिल मुतमिन सी कि क्योंकि ओदे वर्गा बर्दाश्ती जानवर मैं नहीं वेख्या अज तक? आ सानू एक गल पता है जी भी साडा कुत्ता उस तो भी ज्यादा बर्दाश्ती है। क्या बात! 9 लखिए ते मार ही नहीं पहले खादी, ओ तो पहले तो उस मार ही कोई नहीं खादी, उसने मार ही नहीं खादी। और साडे कुत्ते पप्पू किंग ने उस नु नाप के पेड़ दे विच धरिया भी है, और उस नु कुत्ती बना दिता। बिल्कुल सही। अच्छा सर जो तुहाडे कोल है कुत्ता इस टाइम शोला जी,
ਨਹੀਂ ਜੀ ਮੈਂ ਦੱਸਣਾ ਜੀ ਇਹ ਸ਼ਾਹਰਾਂ ਦੇ ਕੋਲ ਇੱਕ ਕੁੱਤੀ ਸੀ ਸੁਨਹਿਰੀ ਨਾਂ ਉਸਦਾ ਸੁਨਹਿਰੀ ਕੁੱਤੀ ਸੀ ਉੱਤੇ ਪੱਪੂ ਦਾ ਖੂਨ ਉਸ ਤੇ ਪਿਆ ਦੋਤਰਾ ਬਣਦਾ ਜੀ ਪੱਪੂ ਦਾ ਯਾਨੀ ਕਿ ਪੋਤਰਾ ਬਣਦਾ ਪੋਤਰਾ ਉਸ ਸਾਈਡ ਵਾਲੇ ਕੋਲ ਪੋਤਰਾ ਬਣਦਾ ਤੇ ਜਿਹੜਾ ਪੱਪੂ ਟੂ ਹੈ ਜੀ ਇਹ ਪਿਓਰ ਨਸਲ ਬਣ ਗਈ ਹੈ ਪੱਪੂ ਦਾ ਦੋਤਰਾ ਵੀ ਹੈ ਔਰ ਪੱਪੂ ਦੇ ਦੋਤਰੇ ਦਾ ਬੱਚਾ ਵੀ ਹੈ ਮੁਸ਼ਤਾਕ ਕੌਰ ਸਾਹਿਬ ਹੁਣ ਜੀ ਚਕਵਾਲ ਦੇ ਅੱਗੇ ਬਾਈ ਕਾਸ਼ਿਫ ਸਾਹਿਬ ਹੁਣ ਜੀ ਇਹ ਮੇਰਾ ਬਾਂਝਾ ਜੀ ਕੰਬਰ ਸਾਹਿਬ ਤੇ ਮੈਂ ਤਾਂ ਤੁਸੀਂ ਅੱਗੇ ਫੀਡ ਕਰ ਰਹੇ ਹੋ ਸ਼ੌਕਤ ਸਦਵਾਲ ਜੀ ਚਕਵਾਲ ਪਾਕਿਸਤਾਨ ਦੇ ਮਾਇਨਾਜ਼ ਬੜੇ ਵੱਡੇ ਸ਼ਿਕਾਰੀ ਇਹ ਸ਼ਾਹ ਜੀ ਜੀ ਹਜ਼ਰਤ ਤੋਂ ਇਹ ਸਾਡੇ ਬਾਈ ਜੀ ਇਹਨਾਂ ਦਾ ਨਾਮ ਮੁਬਾਰਕ ਇਹ ਪੀਰ ਸੈਯਦ ਸ਼ਾਹ ਜ਼ਿਆਦਾ ਮਸ਼ਹੂਰ ਹਨ ਜੀ ਅਜ਼ਰ ਹੁਸੈਨ ਸ਼ਾਹ ਨਾਂ ਹੈ ਜੀ ਤਾਂ ਸੈਯਦ ਸ਼ਾਹ ਤੋਂ ਜਿਹੜਾ ਜ਼ਿਆਦਾ ਮਸ਼ਹੂਰ ਹਨ ਉਹ ਇਹ ਮੇਰੇ ਬਾਈ ਜੀ ਸਾਡਾ ਸ਼ੌਕ ਸ਼ਿਕਾਰ ਸਾਰਾ ਇੱਕ ਤੱਕ ਇਕੱਠਾ ਸਾਜਾ ਜੀ ਉਹ ਇਹਨਾਂ ਦੇ ਕੁੱਤੇ ਮੇਰੇ ਮੇਰੇ ਕੁੱਤੇ ਇਹਨਾਂ ਦੇ ਹਾਂਜੀ ਇਹ ਵੀ ਸਾਰਾ ਹਜ਼ਰਤ ਹੁਣ ਜੀ ਤੇ ਇਹ ਵੀ ਸਾਡੇ ਬਾਈ ਨੂੰ ਇਹ ਬੱਚਾ ਜੀ ਕਾਲੀ ਸੂਬੇ ਤੋਂ ਨਾਰੰਗ ਮੰਡੀ ਦੇ ਨਾਲ ਅੱਗੇ ਇਹ ਵੀ ਨਾਰੰਗ ਮੰਡੀ ਤੋਂ ਜੀ ਨਾਮ ਅਲੀ ਅਲੀ ਇਮਰਾਨ ਬਸਰਾ ਹੈ ਜੀ ਇਹ ਵੀ ਸਾਡਾ ਭਤੀਜਾ ਜੀ ਇਹ ਇਹਨਾਂ ਦਾ ਨਾਂ ਪਿੱਛੇ ਵੀ ਦੋ ਸਾਡੇ ਬਾਬੇ ਦਾ ਜੀ ਦਾਨਾ ਮੂਣਾ ਇਹ ਕੁੱਤਿਆਂ ਦੀ ਤਕਰੀਬਨ ਨਾਨੀ ਹੈ ਜੀ ਇਹ ਸੁਲਤਾਨ ਮੋਣਾ ਇਹਦਾ ਨਾਂ ਹੈ ਜੀ ਮੋਣਾ ਇਹ ਸਭ ਤੋਂ ਬੁੱਢਾ ਪੁਰਾਣਾ ਸ਼ਿਕਾਰੀ ਇਹ ਹੈ ਜੀ ਫਿਲਹਾਲ ਹੁਣ ਵੀ ਪੂਰੇ ਪਾਕਿਸਤਾਨ ਦੇ ਕੁੱਤਿਆਂ ਦੀ ਬਰੀਡ ਨਸਲ ਔਰ ਅੱਜ ਤੱਕ ਉੱਤੇ ਲੜਦੇ ਪਏ ਨੇ ਉਹਨਾਂ ਦਾ ਵੀ ਇਸਨੂੰ ਹੁਣ ਮਾਲੂਮਾਤ ਹੈ ਵੀ ਕਿੱਥੇ ਲੜ ਰਹੇ ਨੇ ਔਰ ਕਿਹੜਾ ਵੱਧ ਰਿਹਾ ਤੇ ਕਿਹੜਾ ਘੱਟ ਰਿਹਾ ਅੱਛਾ ਸਰ ਮੇਰਾ ਇੱਕ ਹੋਰ ਸਵਾਲ ਹੈ ਜੀ ਜੀ ਸਾਨੂੰ ਤੇਰਾ ਇਸ ਦੌਰ ਦੇ ਵਿੱਚ ਜੀ ਜਿਹੜੀ ਟਾਈਮ ਦੀ ਲਿਮਟ ਹੈ ਅਕਸਰ ਸ਼ਿਕਾਰੀ ਤਾਂ ਜੀ 20 ਮਿੰਟ ਹੋਣਾ ਚਾਹੀਦਾ ਤੁਹਾਡੇ ਰਾਏ ਦੇ ਮੁਤਾਬਕ ਕੀ ਸਰ 20 ਮਿੰਟ ਬਹੁਤ ਜ਼ਿਆਦਾ ਟਾਈਮ ਹੈ ਕੁੱਤੇ ਬਰਾਬਰ ਕਰਨੇ ਚਾਹੀਦੇ ਨੇ ਲੇਕਿਨ ਕੁਝ ਸਾਡੇ ਸ਼ਿਕਾਰੀ ਨਹੀਂ ਮੰਨਦੇ ਉਹ ਆਂਦੇ ਜੀ ਇਹਨਾਂ ਦੀ ਪੀਚੋ ਪੀਚ ਕਰਨੀ ਹੈ ਮੇਰਾ ਖਿਆਲ ਤੇ ਸਹੀ ਨਹੀਂ ਹੈ ਲੇਕਿਨ ਸਹੀ ਨਹੀਂ ਹੈ ਲੇਕਿਨ 20 ਮਿੰਟਾਂ ਚ ਪਤਾ ਲੱਗ ਜਾਂਦਾ ਜੀ ਕਿਹੜਾ ਹਾਰਦਾ ਪਿਆ ਤੇ ਕਿਹੜਾ ਜਿੱਤਦਾ ਪਿਆ ਜਿਹੜਾ 20 ਮਿੰਟ ਤੋਂ ਪਹਿਲਾਂ ਬਰਾਬਰੀ ਕੀਤੀ ਪੈਂਦੀ ਹੈ ਉਹ ਇਹ ਕੁੱਤਾ ਤਕਰੀਬਨ ਕਮਜ਼ੋਰ ਹੋ ਜਾਂਦਾ ਔਰ ਉਹਨਾਂ ਨਾਲ ਜ਼ਿਆਦਤੀ ਹੁੰਦੀ ਹੈ ਅਗਰ ਬਰਾਬਰ ਨਾ ਕਰੀਏ ਤੇ ਕੀ ਘਟਣਾ ਹੁੰਦਾ ਬਿਲਕੁਲ ਹਾਂਜੀ ਅੱਛਾ ਸਰ ਇੱਕ ਹੋਰ ਮੇਰਾ ਸਵਾਲ ਹੈ ਜੀ ਤੁਸੀਂ ਪਾਕਿਸਤਾਨ ਦਾ ਸਰਮਾਇਆ ਹੋ ਸ਼ਿਕਾਰੀਆਂ ਦਾ ਸਰਮਾਇਆ ਹੋ ਅਕਸਰ ਕੁੱਤੇ ਗੁੱਸੇ ਚ ਘੂਰ ਜਾਂਦੇ ਨੇ ਇੱਕ ਦੋ ਜਗ੍ਹਾ ਤੇ ਵੇਖਣ ਕੁੱਤੇ ਕੱਟ ਗਏ ਨੇ ਘੂਰਣ ਦੀ ਜੀ ਜੀ ਕਿਆ ਇਹ ਥੋੜਾ ਜਿਹਾ ਰਾਇਤ ਵਰਤਣੀ ਚਾਹੀਦੀ ਹੈ ਕਿ ਨਹੀਂ ਵਰਤਣੀ ਚਾਹੀਦੀ ਲੇਕਿਨ ਵਰਤਣੀ ਚਾਹੀਦੀ ਹੈ ਜੀ ਜਿਹੜੇ ਸਾਡੇ ਸਾਲਸ ਹਜ਼ਰਾਤ ਹਨ ਇਹ ਪਾਰਟੀ ਲੈਵਲ ਤੇ ਚੱਲਦੇ ਸਾਡਾ ਆਪਣਾ ਕੁੱਤਾ ਚੱਕਰੀ ਲੜਿਆ ਜੀ ਪੱਪੂ ਦਾ ਬੱਚਾ ਉਸ ਮਾਮੂਲੀ ਗੌਰ ਕੀਤੀ ਹੈ ਲੇਕਿਨ ਸਾਲਸਾ ਕੱਟ ਛੋੜਿਆ ਲੇਕਿਨ ਅਸਾਂ ਬਰਦਾਸ਼ਤ ਕਰ ਲਈਏ ਹੁਣ ਉਸੇ ਦੀ ਵਜ੍ਹਾ ਤੋਂ ਅਸਾਂ ਰੋਮਨ ਨਾਲ ਕੁੱਤਾ ਗੱਡ ਕੀਤਾ ਅਗਰ ਗੌਰ ਮਾਫ ਹੋਵੇ ਕੱਲ ਬਹੁ ਅਮਜਦ ਸਾਨੂੰ ਕਿਹਾ ਕਿ ਸਾਡਾ ਕੁੱਤਾ ਲੌਰੀ ਕਿੰਗ ਗੌਰ ਦਾ ਅਸਾਂ ਕਿ ਜੀ ਜਾਇਜ਼ ਗੌਰ ਹੈ ਤਾਂ ਮਾਫੀ ਹੈ ਅਗਰ ਲੰਮੀ ਵੱਡੀ ਗੌਰ ਕੀਤੀ ਹੋ ਤਾਂ ਅਸਾਂ ਕੱਢ ਦੇਣਾ
इस वास्ते गौर माफ है, साड़ी माफ कोई नहीं, लौरिया वास्ते माफी है। लेकिन तोड़े तोड़ा वड़ा पाने के तुसी जनाब फिर भी जी तुसी कह रहे जे कि गौर माफ है। हाँ जी ठीक हो गया। तुसी इस टाइम जे की पैगाम शिकारियों देना चाहोगे? शिकार साडा फिलहाल जी पुलिस वाले बंद किए आ, ਉਹ ਕਹਿੰਦੇ ਕਿ ਜੂਆ ਕਰਾ ਰਹੇ ਹੋ, ਇਹ ਕਰਾ ਰਹੇ ਹੋ, ਉਹ ਕਰਾ ਰਹੇ ਹੋ। ਕੁੱਤਿਆਂ ਦੇ ਸ਼ਿਕਾਰ ਵਿੱਚ ਕੋਈ ਜੂਆ ਨਹੀਂ, ਬਿਲਕੁਲ ਸਹੀ। ਔਰ ਪੁਲਿਸ ਹਜ਼ਰਾਤ ਜਿਹੜੀ ਹੈ ਉਹ ਸਾਡੇ ਪਿੱਛੇ ਹੈ, ਅਸੀਂ ਉਹਨਾਂ ਦੇ ਅੱਗੇ ਹਾਂ। ਜਿਹੜੇ ਕੋਈ ਸਿਆਸੀਆਂ ਦੇ ਵੱਲ ਬੰਦੇ ਉਹਨਾਂ ਦੇ ਮੈਚ ਹੋ ਜਾਂਦੇ ਨੇ, ਜਿਹੜੇ ਹਿਮਾਚਲ ਬੰਦੇ ਆ ਉਹਨਾਂ ਦੇ ਮੈਚ ਨਹੀਂ ਹੋ ਰਹੇ। ਬਹੁਤ ਮਿਹਰਬਾਨੀ ਜਨਾਬ ਵੀ ਤੁਹਾਡੀ ਵੀ। ਕੇਮਨ ਸਾਹਿਬ ਅਸੀਂ ਸਲਾਮ ਤੁਹਾਡਾ ਪਹੁੰਚਾ ਛੱਡਿਆ, ਅਗਰ ਤੁਸੀਂ ਵੀਡੀਓ ਵੇਖ ਰਹੇ ਹੋਵੋਗੇ ਜੀ ਜੀ। ਚੌਰੀ ਸਾਹਿਬ ਦਾ ਦੂਸਰਾ ਕੁੱਤਾ ਹੈ ਪੱਪੂ ਟੂ ਜੀ ਜੀ, ਇਹਦੀ ਕਿਤਨੀ ਉਮਰ ਹੋ ਗਈ? ਇਹਦੀ ਉਮਰ 2.5 ਸਾਲ ਹੈ ਜੀ। ਇਹਦੇ ਨਾਨੇ ਵਾਲੀ ਉਮਰ ਹੈ, ਜਿਹੜੇ ਨੌ ਲੱਖੀ ਨਾਲ ਲੜਿਆ ਸੀ। ਅੱਛਾ, ਨਾਨੇ ਵਾਲੀ ਦੀ ਉਮਰ ਹੈ? ਨਾਨੇ ਵਾਲੇ ਉਹ ਵੀ 2.5 ਸਾਲ ਦਾ ਲੜਿਆ ਜੀ। ਅੱਛਾ, ਇਹ ਵੀ 2.5 ਸਾਲ ਦਾ ਲੜੇ, ਲੜਨਾ ਹੁਣ ਆ ਹੀ ਲੜਨਾ ਸੀ ਲੇਕਿਨ ਮੈਚ ਕੈਂਸਲ ਹੋ ਗਿਆ। ਇਹ ਲੜਨਾ ਕਿਸ ਨਾਲ ਆਏ? ਇਹ ਅਸਾਂ ਜਿਹੜਾ ਅੱਛਾ ਕੁੱਤਾ ਹੁੰਦਾ ਜੀ ਉਸ ਨਾਲ ਲੜਾਉਣਾ ਸੀ। ਗਾਂਢੀ ਨਹੀਂ ਸੀ? ਇਹ ਗਾਂਢੀ ਨਾ ਸੀ ਜੀ, ਇਹਦਾ ਦੂਸਰਾ ਭਾਈ ਗਾਂਢੀ ਹੈ ਰੋਮਨ ਨਾਲ। ਇਹ ਜਿਹੜਾ ਵੈਸੇ ਖੁੱਲਾ ਜਿਹੜੇ ਨੰਬਰਾਂ 'ਚ ਆ ਜਾਂਦਾ। ਇਹ ਪਹਿਲੇ ਤੱਪਣੀਆਂ ਕਿਤਨੀਆਂ ਕਰ ਚੁੱਕਾ ਹੈ? ਇਹ ਤਕਰੀਬਨ 5 ਤੱਪਣੀਆਂ ਜੀ। ਜਿਹੜਾ ਆਪਣਾ ਸ਼ੋਲਾ ਇਹ ਕਿੰਨੀਆਂ ਤੱਪਣੀਆਂ ਤਕਰੀਬਨ? ਇਹ ਵੀ ਤਕਰੀਬਨ ਇਸ ਸਾਲ ਦੀਆਂ ਜੀ 3 ਤੱਪਣੀਆਂ ਅਤੇ 3-4 ਤੱਪਣੀਆਂ ਪਿਛਲੇ ਸਾਲ ਦੀਆਂ। ਇਹਦੀ ਉਮਰ ਵੀ 2.5 ਸਾਲ ਹੈ। ਇਹ ਪੱਪੂ ਟੂ ਤੋਂ 2 ਮਹੀਨੇ ਛੋਟਾ। ਹਾਂਜੀ ਮੇਰੇ ਸੱਜਣੋ ਮਿੱਤਰੋ, ਚੌਧਰੀ ਸ਼ਫਕਤ ਸਦਵਾਲ ਦੇ ਸਾਰੇ ਫੈਨ ਨੇ, ਵੇਖੋ ਜਨਾਬ ਸ਼ੌਕਤ ਜੀ, ਸ਼ੌਕਤ ਚੌਧਰੀ ਸ਼ੌਕਤ ਸਦਵਾਲ ਆਫ ਚੱਕਵਾਲ, ਪਾਕਿਸਤਾਨ ਦੇ ਮਾਇਨਾਜ਼ ਸ਼ਿਕਾਰੀ, ਜਿਨ੍ਹਾਂ ਦਾ ਕੁੱਤਾ ਸੀ ਜਨਾਬ ਪੱਪੂ ਕਿੰਗ। ਤੇ ਹਰੀਪੁਰ ਹਾਫਸਾਬਾਦ ਦਾ ਕੁੱਤਾ ਸੀ, ਚਹਿਲਾ ਵਾਲਾ, ਚਹਿਲਾ ਦੇ ਕੁੱਤੇ ਵੀ ਇਸ ਮਾਰਿਆ ਜੀ। ਔਰ ਦੂਸਰਾ ਜੋੜ ਜਿਹੜਾ ਮਾਮੂ ਵਾਲੀ ਸੰਦੇਰਿਆਂ ਦੀ, ਉੱਥੇ ਲੜਿਆ ਜੀ ਰਾਜਾ ਜ਼ਿਆ ਹੈ ਜੇਹਲਮ ਦਾ, ਔਰ ਉਹਦੇ ਕੁੱਤੇ ਬਹੁਤ ਗੰਦਾ ਕਰ ਆਇਆ ਸੀ। ਉਹ 4 ਵਾਰ ਭੌਂਕਿਆ ਜੀ, 4 ਵਾਰ ਭੌਂਕਿਆ, ਦੂਸਰਾ ਕੁੱਤਾ ਤੋਂ ਮੰਦੇ ਨਾ ਸਨ। ਔਰ ਸਭ ਤੋਂ ਅੱਛਾ ਕੁੱਤਾ ਸਾਡਾ ਪੱਪੂ ਤੋਂ ਵੀ ਅੱਛਾ ਕੁੱਤਾ ਛੱਲਾ ਸੀ। ਹਾਂਜੀ, ਛੱਲੇ ਦਾ ਰੰਗ ਕੀ ਆਈ? ਰੰਗ ਛੀਣਾ ਡੱਬਾ ਜੀ, ਛੀਣਾ ਡੱਬਾ ਜੀ। ਉਸ ਤੋਂ ਬਾਅਦ ਉਹ ਕੁੱਤਾ ਬਿਮਾਰ ਹੋਇਆ ਜੀ ਸਾਡੇ ਕੋਲ, ਅਸੀਂ ਉਹਨੂੰ ਲਾਹੌਰ ਲੈ ਗਏ ਹਾਂ ਡਾਗ ਸੈਂਟਰ ਗੋੜਾ ਹਸਪਤਾਲ ਵਿੱਚ, ਉਹ ਉੱਥੇ ਮਰ ਗਿਆ ਜੀ। ਉਹਦਾ ਕੱਦ ਕਿਤਨਾ ਸੀ? ਉਹਦਾ ਕੱਦ ਤਕਰੀਬਨ 32 ਇੰਚ। ਪੌਣੇ 32 ਤੇ ਕਿਤਨੀ ਉਮਰ ਵਿੱਚ? ਉਹ ਤਕਰੀਬਨ 2 ਮੈਚ ਲੜਿਆ ਜੀ, ਤਕਰੀਬਨ 4 ਸਾਲ ਦਾ ਹੈ। 4 ਸਾਲ? ਹਾਂਜੀ, 4 ਸਾਲ ਜਾ ਕੇ ਬਿਮਾਰ ਜੀ, ਬਿਮਾਰ ਹੋਇਆ ਜੀ। ਉਹਦੇ ਕੋਈ ਨਸਲ ਵਧਾਈ? ਉਸਦੇ ਨਸਲ ਹੈ ਜੀ, ਸਾਡਾ ਬਜ਼ੁਰਗ ਹੈ ਸੁਲਤਾਨ ਕੋਲ ਜੀ, ਇਹਦੇ ਕੋਲ 4 ਬੱਚੇ ਨੇ, 4 ਬੱਚੇ ਔਰ ਅੱਛੇ ਲੜਦੇ ਨੇ ਪਏ। ਚੌਧਰੀ ਸਾਹਿਬ, ਤੁਸੀਂ ਮੀਡੀਆ ਨੂੰ ਕੀ ਪੈਗਾਮ ਦੇਣਾ ਚਾਹੋਗੇ? ਸਰ, ਮੀਡੀਆ ਨੂੰ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਮੀਡੀਆ ਦੀ ਵੀ ਸਾਨੂੰ ਹੈਲਪ ਚਾਹੀਦੀ ਹੈ, ਕਿਉਂਕਿ ਮੀਡੀਆ ਜ਼ਿਆਦਾ ਤੌਰ ਸ਼ੋਅ ਕਰਦਾ ਕਿ ਕੁੱਤਿਆਂ ਦਾ ਜੂਆ ਹੋ ਰਿਹਾ ਜੀ,
ਇਹ ਕੁੱਤੇ ਲੜਾ ਰਹੇ ਨੇ ਜੀ। ਪੋਤਾ ਪਹਿਲਾਂ ਜੋੜ ਛੁੱਟਦਾ ਜੀ, ਮੀਡੀਆ ਵਾਲੇ ਜਿਹੜੇ ਨੇ ਉਹ ਪਹਿਲਾਂ ਪਹੁੰਚ ਜਾਂਦੇ ਨੇ, ਉਹ ਪੁਲਿਸ ਨੂੰ ਜਾ ਕੇ ਜਿਹੜਾ ਵੀਡੀਓ ਸੈਂਡ ਕਰਦੇ ਨੇ ਕਿ ਫਲਾਣੀ ਜਗ੍ਹਾ ਮੈਚ ਹੋ ਰਿਹਾ ਜੀ, ਉਹ ਨਹੀਂ ਹੋਣਾ ਚਾਹੀਦਾ ਜੀ। ਔਰ ਪੁਲਿਸ ਜਿਹੜੀ ਹੈ ਉਹਨਾਂ ਨੂੰ ਵੀ ਚਾਹੀਦਾ ਜੀ, ਇਹ ਇੱਕ ਸ਼ੌਕ ਹੈ, ਸਕਾਫਤ ਹੈ ਪਾਕਿਸਤਾਨ ਦੀ, ਇਹ ਜਿਹੜਾ ਮੈਚ ਹੋਣੇ ਚਾਹੀਦੇ ਨੇ। ਔਰ ਜਿਹੜਾ ਬੰਦੇ ਸ਼ਿਕਾਰ ਮੈਚਾਂ ਤੇ ਜਾਂਦੇ ਨੇ, ਖੱਡ ਜ਼ਿਆਦਾ ਹੁੰਦਾ, ਉਹ ਬਹੁਤ ਜ਼ਿਆਦਾ ਤਲਾਸ਼ੀ ਕਰ ਲੈਂਦੇ ਨੇ ਜੀ। ਸਰ ਮੇਰਾ ਕਹਿਣ ਦਾ ਮਕਸਦ ਹੋਰ ਸੀ ਕਿ ਅੱਜ ਸ਼ਿਕਾਰੀ ਜਿਹੜਾ ਵੀ ਆਇਆ ਨਾ ਮੈਚ ਤੇ, ਕੋਈ ਬੰਦਾ ਆਮ ਜਿਹੜਾ ਸ਼ੌਕ ਸਿਰਫ ਵੇਖਣ ਆਇਆ, ਭਾਈ ਜਾਨ ਜਿਹੜਾ ਬੰਦੇ ਅੱਜ ਸ਼ੌਕ ਤਾਂ ਆਏ ਨਾ, ਇਹ ਤਕਰੀਬਨ 2-2.5 ਕਰੋੜ ਰੁਪਇਆ ਲਾ ਕੇ ਆਏ ਨੇ। ਬਿਲਕੁਲ ਬਿਲਕੁਲ, ਹਰ ਬੰਦਾ ਕਿਸੇ 2 ਗੱਡੀਆਂ ਆਉਂਦੀ ਵੀ ਹਨ, ਕਿਸੇ 4 ਗੱਡੀਆਂ ਆਉਂਦੀ ਵੀ ਹਨ, ਔਰ 15 ਕੁੱਤੇ ਆਏ ਹੋਏ ਨੇ, 15 ਕੁੱਤਿਆਂ ਦੇ ਨਾਲ ਤਕਰੀਬਨ 30 ਕੁੱਤੇ ਆਉਣੇ ਸੀ, 15 ਜੋੜ ਸੁਣ, ਇਹਨੇ ਨਾਲ ਲੱਖਾਂ ਦੇ ਹਿਸਾਬ ਗੱਡੀ ਆਈ ਹੈ। ਬਿਲਕੁਲ ਆਈ ਹੈ, ਔਰ ਹਰ ਗੱਡੀ ਦਾ ਖਰਚਾ 50,000 ਤੋਂ ਉੱਤੇ ਹੈ। ਬਿਲਕੁਲ, ਇਹ 2-2.5 ਕਰੋੜ ਰੁਪਈਆ ਬਣਦਾ, ਇਹ 2-2.5 ਕਰੋੜ ਰੁਪਈਆ ਸਾਰਾ ਅੱਜ ਨੁਕਸਾਨ ਹੋਇਆ। ਤੁਸੀਂ ਲੈ ਆਓ ਜੀ ਕੁੱਤਾ ਛੋਲਾ, ਮੇਰੇ ਸੱਜਣੋ ਮਿੱਤਰੋ ਸਾਡੇ ਨਾਲ ਲੋ ਮੇਰੇ ਸੱਜਣੋ ਮਿੱਤਰੋ ਬੇਲੀਓ ਜਨਾਬ, ਪੱਪੂ ਕਿੰਗ ਦੀ ਨਸਲ ਦਾ ਜਨਾਬ ਕੁੱਤਾ ਜਿਹਦਾ ਨਾਂ ਹੈ ਛੋਲਾ। ਰੋਮਨ ਨਾਲ ਜਨਾਬ ਇਹ ਗਾਂਢੀ ਹੋਇਆ ਸੀ ਤੇ ਕਿਸੇ ਵਜ੍ਹਾ ਤੋਂ ਮੈਚ ਨਹੀਂ ਹੋਇਆ, ਅੱਜ ਲੜਨਾ ਸੀ। ਰੋਮਨ ਜਿਹੜਾ ਜਨਾਬ ਬਹੁ ਅਮਜਦ ਸਾਹਿਬ ਦਾ ਹੈ ਤੇ ਜਨਾਬ ਸਾਹਮਣੇ ਖਲੋਤੇ ਨੇ ਜਨਾਬ ਚੌਧਰੀ ਸ਼ੌਕਤ ਸਦਵਾਲ, ਸ਼ੌਕਤ ਚੌਧਰੀ ਸ਼ੌਕਤ ਸਦਵਾਲ ਸਾਹਿਬ ਤੇ ਨਾਲ ਸ਼ਾਹ ਸਾਹਿਬ ਖੜੇ ਨੇ ਜਨਾਬ ਜੀ ਰਾਸ਼ਦ ਜ਼ਮਾਨ ਜਨਾਬ, ਬਹੁਤ ਹੀ ਬਿਊਟੀਫੁਲ ਟਾਪ ਕਲਾਸ ਦਾ ਜਨਾਬ ਕੁੱਤਾ, ਸੋਹਣਾ ਕੁੱਤਾ ਜਨਾਬ, ਤੁਹਾਨੂੰ ਜਨਾਬ ਵਿਖਾਈਏ ਇਸ ਕੁੱਤੇ ਦੀਆਂ ਅੱਖਾਂ ਪਹਿਲੇ ਤੇ ਜਨਾਬ ਕੁੱਤਾ ਮਾਸ਼ਾ ਅੱਲਾ ਇਤਨਾ ਖੂਬਸੂਰਤ ਹੈ ਕਿ ਜਿਵੇਂ ਬੰਦੇ ਕਹਿੰਦੇ ਨਾ ਵੇਖ ਕੇ ਭੁੱਖ ਲੈ ਗਈ, ਐਵੇਂ ਹੀ ਆ। ਤੇ ਜਨਾਬ ਚੌਧਰੀ ਸਾਹਿਬ ਦੇ ਸਾਰੇ ਆ ਵੇਖੋ ਫੈਨ ਖਲੋਤੇ ਨੇ, ਸਾਰੇ ਬੰਦੇ ਜਨਾਬ ਮੈਚ ਵੇਖਣ ਵਾਸਤੇ ਆਏ ਸੀ ਤੇ ਕੋਈ ਵਜ੍ਹਾ ਬਣੀ ਜਿਹਦੀ ਵਜ੍ਹਾ ਤੋਂ ਜਨਾਬ ਮੈਚ ਨਹੀਂ ਹੋ ਸਕਿਆ। ਤੇ ਜਨਾਬ ਬਹੁਤ ਹੀ ਬਿਊਟੀਫੁਲ, ਬਹੁਤ ਹੀ ਸ਼ਾਨਦਾਰ ਮੇਰੇ ਸੱਜਣੋ ਮਿੱਤਰੋ ਦੇ ਪੰਜੇ ਵੇਖੋ ਕਿਤਨੇ ਖੂਬਸੂਰਤ ਨੇ ਜਨਾਬ, ਇਹ ਫਿਰ ਜਨਾਬ ਇਹ ਵੇਖੋ ਸੀਨਾ ਚੌੜਾ ਜਨਾਬ, ਸੀਨਾ ਜਨਾਬ, ਚਿਹਰਾ ਵੇਖੋ, ਹੁਣ ਤੁਹਾਨੂੰ ਦਿਖਾਈਏ ਜਨਾਬ, ਬੇਟਾ ਥੋੜਾ ਸਾ ਪਿੱਛੇ ਹੋ ਜਾਣਾ, ਕਿਆ ਬਾਤ ਹੈ ਜਨਾਬ, ਬਿਊਟੀਫੁਲ ਸ਼ਾਨਦਾਰ ਬਿਗ ਡੌਗ। ਢਾਈ ਸਾਲ ਮੇਰੇ ਸੱਜਣੋ ਮਿੱਤਰੋ ਉਮਰ ਹੋ ਗਈ ਇਹਦੀ, ਬੇਟਾ ਸਾਈਡ ਤੇ ਹੋ ਜਾ ਯਾਰ, ਬਿਊਟੀਫੁਲ ਸ਼ਾਨਦਾਰ ਜਨਾਬ ਮੇਰੇ ਸੱਜਣੋ ਮਿੱਤਰੋ, ਬਹੁਤ ਹੀ ਟਾਪ ਕਲਾਸ ਦਾ ਡੌਗ ਹੈ। ਇਸ ਡੌਗ ਦੇ ਬਾਰੇ ਆਪਣੇ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਚੌਧਰੀ ਸ਼ੌਕਤ ਸਾਹਿਬ ਦਾ ਕੈਸਾ ਸ਼ੌਕ ਹੈ ਤੇ ਜਨਾਬ ਕਿੰਗ ਦੀ ਇਹ ਬਰੀਡ ਦੇ ਵਿੱਚੋਂ ਹੈ, ਉਹ ਕਿੰਗ ਜਿਹਨੇ 9 ਲੱਖੀਆਂ ਨੂੰ ਜਨਾਬ ਹਰਾਇਆ ਸੀ, ਬਹੁਤ ਹੀ ਬਿਊਟੀਫੁਲ ਨੌਜਵਾਨ ਨੇ ਕੁੱਤਾ ਫੜਿਆ। ਬੇਟਾ ਤੁਹਾਡਾ ਕੀ ਨਾਮ? ਆਮਿਰ। ਕਿਆ ਬਾਤ, ਮੇਰੇ ਸੱਜਣੋ ਮਿੱਤਰੋ ਹਰ ਪਾਸੋਂ ਹੀ ਸੋਨਾ, ਕਿਆ ਬਾਤ, ਬਿਊਟੀਫੁਲ ਕਿਆ ਬਾਤ। ਚਲਾ ਸਰ, ਇਹਦਾ ਕੱਦ ਤਕਰੀਬਨ ਕਿਤਨਾ ਹੈ?
मेरे सज्जनो मित्रो, इस तो बाद असीं तुहानूं दिखाउणा जनाब पप्पू टू साडे नाल रहिणा। थोड़ा जिहा टोरो ਤੋਰ ਵਿਖਾਈ ਆ। ਕਿਆ ਬਾਤ, ਕਿਆ ਬਾਤ, ਬੰਦੇ ਉਧਰ ਕਿਤੇ ਵੜਨਾ ਅੰਦਰ। ਮੇਰੇ ਸੱਜਣੋ ਮਿੱਤਰੋ ਜਨਾਬ, ਤਿਆਰ ਹੋਇਆ ਕੁੱਤਾ ਦੇ ਪੱਟ ਵੇਖੋ। ਇਹ ਪੱਟ ਵੇਖੋ ਜਨਾਬ, ਇਧਰੋਂ ਕਿਆ ਮੇਰੇ ਸੱਜਣੋ ਮਿੱਤਰੋ, ਕੁੱਤੇ ਦਾ ਚੋਲਾ। ਨਹੀਂ ਨਹੀਂ ਕੋਈ ਨਹੀਂ, ਕੱਢੀ ਹੈ। ਓ ਅੱਛਾ, ਏ ਚਲ ਮੱਛੀ ਨਾ। ਅੱਛਾ, ਹੁਣ ਜਿੱਥੇ ਨੂੰ ਬੰਨਣਾ ਲਓ ਉੱਥੇ ਸਾਈਡ ਤੇ ਲਿਆ, ਬਟ ਆਪ ਸਾਈਡ ਤੇ ਹੋ ਜਾ, ਇੱਧਰ ਆ ਜਾ। ਲੋ ਮੇਰੇ ਸੱਜਣੋ ਮਿੱਤਰੋ, ਕਿਆ ਬਾਤ। ਬੱਚਾ ਫੜ ਲਓ, ਬੱਚਾ ਬਿਊਟੀਫੁਲ, ਕਿਆ ਬਾਤ ਹੈ ਜੀ, ਮਾਸ਼ਾ ਅੱਲਾ। ਮੇਰੇ ਸੱਜਣੋ ਮਿੱਤਰ, ਬਹੁਤ ਹੀ ਸ਼ਾਨਦਾਰ ਡੋਗ ਹੈ। ਕਿਆ ਮੇਰੇ ਸੱਜਣੋ ਮਿੱਤਰੋ, ਕਮਰੇ 'ਚ ਲੈ ਕੇ ਜਾ ਰਹੇ ਨੇ ਜਨਾਬ ਸ਼ਾਹ ਸਾਹਿਬ, ਉਹਨਾਂ ਦਾ ਬਿਊਟੀਫੁਲ ਜਨਾਬ ਡੋਗ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਨਾਬ। ਹੁਣ ਦੋਸਤਾ ਪੱਪੂ ਤੂੰ, ਇਹ ਜਨਾਬ ਜਿੱਥੇ ਰਾਤੀ ਇਹਨੇ ਆਰਾਮ ਫਰਮਾਇਆ ਛੋਲੇ ਨੇ। ਮੇਰੇ ਸੱਜਣੋ ਮਿੱਤਰੋ, ਇਹ ਥੱਲੇ ਤੁਲਾਈ ਵਿੱਛੀ ਹੋਈ ਹੈ ਜਨਾਬ। ਕਿਆ ਬਾਤ, ਬਿਊਟੀਫੁਲ ਸ਼ਾਨਦਾਰ ਬਿਗ ਡੋਗ। ਮੇਰੇ ਸੱਜਣੋ ਮਿੱਤਰੋ, ਸਾਡੇ ਨਾਲ ਰਹਿਣਾ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਪੱਪੂ ਟੂ। ਲਓ ਮੇਰੇ ਸੱਜਣੋ ਮਿੱਤਰੋ, ਬਿਲੀ ਹੋ ਆ ਗਿਆ ਜੇ ਪੱਪੂ ਕਿੰਗ, ਪਾਕਿਸਤਾਨ ਦਾ ਬਹੁਤ ਹੀ ਮਸ਼ਹੂਰ ਡੋਗ ਜਿਹਨੇ 9 ਲੱਖੀਆਂ ਨੂੰ ਹਰਾਇਆ ਸੀ, ਅਤੇ ਫੜ ਕੇ ਖਲੋਤੇ ਨੇ ਜਨਾਬ ਚੌਧਰੀ ਸ਼ੌਕਤ ਸਦਵਾਲ ਆਫ ਚਕਵਾਲ। ਪਾਕਿਸਤਾਨ ਦੇ ਜਵਾਨੀ ਦੇ ਦੌਰ ਦੀ ਜਨਾਬ ਵੀਡੀਓ ਹੈ, ਬੜੀ ਹੀ ਟਾਪ ਕਲਾਸ ਪਰਸਨੈਲਿਟੀ ਜਨਾਬ ਚੌਧਰੀ ਸ਼ੌਕਤ ਸਦਵਾਲ, ਅਤੇ ਬਹੁਤ ਹੀ ਟਾਪ ਕਲਾਸ ਦਾ ਉਹਨਾਂ ਦਾ ਰੱਖੇ ਹੋਇਆ ਕੁੱਤਾ, ਉਹਨਾਂ ਦਾ ਡੋਗ ਜਿਹਦਾ ਨਾਂ ਹੈ ਪੱਪੂ ਕਿੰਗ। ਅਤੇ ਜਨਾਬ ਇਸ ਤੋਂ ਬਾਅਦ ਅਸੀਂ ਵਿਖਾਵਾਂਗੇ ਪੱਪੂ ਕਿੰਗ ਦਾ ਪੋਤਰਾ, ਯਾਨੀ ਕਿ ਇਹਦੇ ਨਸਲ ਦੇ ਦੋ ਕੁੱਤੇ ਸਾਡੇ ਨਾਲ ਰਹਿਣ। ਕਿਆ ਬਾਤ ਹੈ, ਬਿਊਟੀਫੁਲ ਬਿਗ ਡੋਗ, ਸਨ ਆਫ ਪੱਪੂ ਕਿੰਗ। ਕਿਆ ਬਾਤ ਹੈ ਜੀ, ਬੰਦੇ ਤਾਂ ਨਹੀਂ ਫੜ ਲੈਂਦਾ? ਨਹੀਂ ਆ ਲਿਆਂਦੇ ਇੱਧਰ ਦੀਵਾਰ ਨਾਲ, ਖੈਰ ਕੀ ਕਹਿੰਦਾ।
ਹੁਣ ਜਾ ਲੈਣ ਦੋ ਦੀਵਾਰ ਨੂੰ ਇਹ ਬੜਾ ਪੁੱਠਾ ਬੜਾ ਜ਼ੋਰ ਮਾਰ ਰਿਹਾ ਜਿਲੇ ਪਾਗਲ ਜਿਹਾ ਮੈਂਟਲ ਆਹਾ ਲੋ ਮੇਰੇ ਸੱਜਣੋ ਮਿੱਤਰੋ ਜਨਾਬ ਚੌਧਰੀ ਸ਼ੌਕਤ ਸਦਵਾਲ ਦਾ ਦੂਸਰਾ ਕੁੱਤਾ ਪੱਪੂ ਟੂ ਆ ਰਿਹਾ ਮੈਂ ਹੋ ਜਾ ਮੇਰੇ ਸੱਜਣੋ ਮਿੱਤਰੋ ਬਹੁਤ ਹੀ ਬਿਊਟੀਫੁਲ ਲਓ ਮੇਰੇ ਸੱਜਣੋ ਮਿੱਤਰੋ ਇੰਤਜ਼ਾਰ ਦੀ ਘੜੀਆਂ ਖਤਮ ਪੱਪੂ ਟੂ ਆ ਰਿਹਾ ਜੇ ਜਨਾਬ ਬਿਊਟੀਫੁਲ ਸੇਮ ਟੂ ਸੇਮ ਪੱਪੂ ਟੂ ਕਿਆ ਬਾਤ ਹੈ ਜਨਾਬ ਕਿਆ ਬਾਤ ਬਿਊਟੀਫੁਲ ਸ਼ਾਨਦਾਰ ਡੋਗ ਜਿਹਦਾ ਨਾਂ ਹੈ ਪੱਪੂ ਟੂ ਚੌਧਰੀ ਸਾਹਿਬ ਜਿਹੜਾ ਪੱਪੂ ਕਿੰਗ ਸੀ ਉਹਦੇ ਵੀ ਆਖਦੇ ਨੇ ਇਹਦਾ ਕਾਲਾ ਨਿਸ਼ਾਨ ਬਾਕੀ ਸੇਮ ਸੇਮ ਹੈ ਮੇਰੇ ਸੱਜਣੋ ਮਿੱਤਰੋ ਜਨਾਬ ਪੱਪੂ ਟੂ ਬਿਊਟੀਫੁਲ ਸ਼ਾਨਦਾਰ ਬੱਕਰੀ 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 ਪਰਾ ਮਾਰ ਹੈ ਕਿਆ ਬਾਤ ਹੈ ਜੀ ਕਿਆ ਬਾਤ ਪੱਪੂ ਲਓ ਮੇਰੇ ਸੱਜਣੋ ਮਿੱਤਰੋ ਪੱਪੂ ਟੂ ਖੂਬਸੂਰਤ ਐਕਟਿਵ ਚੌਧਰੀ ਸਾਹਿਬ ਇਹਦਾ ਕਿੰਨਾ ਕਰਦੇ ਇਕੱਤੀ ਇੰਚ ਕੱਦ ਕਿਆ ਮੇਰੇ ਸੱਜਣੋ ਮਿੱਤਰੋ ਇਕੱਤੀ ਇੰਚ ਕੱਦ ਬਾਕੀ ਸਾਰਾ ਸੇਮ ਟੂ ਸੇਮ ਪੱਪੂ ਕਿੰਗ ਤਰ੍ਹਾਂ ਸਿਰਫ ਇਹਦਾ ਰੰਗ ਜਿਹੜਾ ਅੱਖ ਤੇ ਨਿਸ਼ਾਨ ਹੈ ਪੱਪੂ ਕਿੰਗ ਦਾ ਲਾਲ ਸੀ ਇਹਦਾ ਜਨਾਬ ਹੈ ਕਾਲਾ ਮੈਂ ਤੁਹਾਨੂੰ ਇਹਦਾ ਚਿਹਰਾ ਵਿਖਾਵਾਂ ਕਿਆ ਬਾਤ ਬਿਊਟੀਫੁਲ ਜਨਾਬ ਪਟਾ ਤੇ ਬਿਊਟੀਫੁਲ ਡੋਗ ਢਾਈ ਸਾਲ ਦੀ ਉਮਰ ਜਨਾਬ ਮੈਂ ਤੁਹਾਨੂੰ ਪੰਜੇ ਵਿਖਾਵਾਂ ਕਿੰਨੇ ਖੂਬਸੂਰਤ ਬਣਾਏ ਹੋਏ ਨੇ ਜਨਾਬ ਕਿਆ ਮੇਰੇ ਸੱਜਣੋ ਮਿੱਤਰੋ ਸ਼ਾਨਦਾਰ ਬਿਊਟੀਫੁਲ ਬੱਚੇ ਨੇ ਯਾਰ ਚੌਰੀ ਸਾਹਿਬ ਜਿਹੜਾ ਦੂਆ ਆਪਣਾ ਕੁੱਤਾ ਹੈ ਸ਼ੋਲਾ ਪੂਰਾ ਇਕੱਤੀ ਇੰਚ ਕਰਦੇ ਹੋ ਸਾਢੇ ਇਕੱਤੀ ਇੰਚ ਇੱਥੇ ਤੁਹਾਡੀ ਤੱਕ ਨਾ ਰੋਸ਼ਨੀ ਤਾਂ ਸਹੀ ਅੱਛਾ ਸਾਢੇ ਇਕੱਤੀ ਇੰਚ ਕਰਦੇ ਸ਼ੋਲਾ ਇੱਕ ਸਾਢੇ ਇਕੱਤੀ ਹੈ ਜੀ ਇਹ ਇਕੱਤੀ ਇਹ ਇਕੱਤੀ ਇੰਚ ਕਰਦੇ ਪੱਪੂ ਟੂ ਇਕੱਤੀ ਇੰਚ ਠੀਕ ਹੋ ਗਿਆ ਮੇਰੇ ਸੱਜਣੋ ਮਿੱਤਰੋ ਉਹ ਜਨਾਬ ਹੈ ਸਾਢੇ ਇਕੱਤੀ ਅਤੇ ਇਕੱਤੀ ਇੰਚ ਬਿਊਟੀਫੁਲ ਸ਼ਾਨਦਾਰ ਡੋਗ ਐਕਟਿਵ ਡੋਗ ਬਹੁਤ ਹੀ ਖੂਬਸੂਰਤ ਪੱਪੂ ਟੂ ਪਹਿਲੀ ਵਾਰ ਜਨਾਬ ਇਹ ਮੈਚ 'ਚ ਲੜ ਰਿਹਾ ਅਤੇ ਉਹ ਬੱਚਿਆਂ ਨੂੰ ਸਾਈਡ ਥੋੜ੍ਹਾ ਜਿਹਾ ਕਰਦਾ ਪੱਪੂ ਮੇਰੇ ਸੱਜਣੋ ਮਿੱਤਰੋ ਇਹ ਤੁਹਾਨੂੰ ਕੁੱਤਾ ਕਿਵੇਂ ਦਾ ਲੱਗਿਆ ਚੌਧਰੀ ਸ਼ੌਕਤ ਸਦਵਾਲ ਦਾ ਸ਼ੌਕ ਕਿਵੇਂ ਦਾ ਲੱਗਿਆ ਕਮੈਂਟਸ ਵਿੱਚ ਆਪਣੇ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ
ਪੱਪੂ ਲੈ ਚਲੋ ਜੀ ਇਹਨੂੰ ਮੇਰੇ ਸੱਜਣੋ ਮਿੱਤਰ ਪੱਪੂ ਜਾ ਰਿਹਾ ਜੇ ਸਰ ਬੱਚਿਆਂ ਨੂੰ ਚੁੱਕ ਲੈਣਾ ਛੁੱਟ ਮੇਰੇ ਸੱਜਣੋ ਮਿੱਤਰੋ ਕਿਆ ਬਾਤ ਬਿਊਟੀਫੁਲ ਸ਼ਾਨਦਾਰ ਡੋਗ ਜਿਹਦਾ ਨਾਂ ਹੈ ਪੱਪੂ ਟੂ ਕਿਆ ਬਾਤ ਚਾਹ ਲੈਣ ਦੀਵਾਰ ਮੇਰੇ ਸੱਜਣੋ ਮਿੱਤਰੋ ਪੱਪੂ ਗਾ ਚਲਾ ਗਿਆ ਦੀਵਾਰ ਦੇ ਨਾਲ ਕਿਆ ਪਾ ਬਿਊਟੀਫੁਲ ਸ਼ਾਨਦਾਰ ਡੋਗ ਜਿਹਦਾ ਨਾਂ ਹੈ ਪੱਪੂ ਟੂ ਇੰਜ ਲੋ ਲੱਗੇ ਚਲੋ ਇਹ ਇੱਥੇ ਖੜਾ ਕਰ ਲਓ ਮੇਰੇ ਸੱਜਣੋ ਮਿੱਤਰੋ ਤੁਹਾਨੂੰ ਦਿਖਾਈਏ ਗੱਡੀਆਂ ਜਿਹਨਾਂ 'ਤੇ ਆਏ ਹੋਏ ਨੇ ਸ਼ਿਕਾਰੀ ਇਸ ਪਾਸੇ ਲਓ ਮੇਰੇ ਸੱਜਣੋ ਮਿੱਤਰੋ ਇਹ ਜਨਾਬ ਚੌਧਰੀ ਸ਼ੌਕਤ ਸਦਵਾਲ ਦੀਆਂ ਗੱਡੀਆਂ ਨੇ ਜਿਹਨਾਂ 'ਤੇ ਜਨਾਬ ਆਏ ਹੋਏ ਨੇ ਬਿਊਟੀਫੁਲ ਸ਼ਾਨਦਾਰ ਡੋਗ ਤੋਰੋ ਜੀ ਲੈ ਚੱਲੋ ਇਸ ਪਾਸੇ ਲੈ ਜਾਓ ਜੀ ਕਮਰੇ ਮੇਰੇ ਸੱਜਣੋ ਮਿੱਤਰੋ ਜਨਾਬ ਪੱਪੂ ਟੂ ਚਲਾ ਗਿਆ ਜੀ ਕਮਰੇ ਦੇ ਵਿੱਚ ਇਹ ਸਾਰੇ ਸ਼ਿਕਾਰੀ ਜਨਾਬ ਇਕੱਠੇ ਹੋਏ ਹੋਏ ਨੇ ਮੇਰੇ ਸੱਜਣੋ ਮਿੱਤਰੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟਸ ਆਪਣੇ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਮੈਂ ਤਾਂ ਸਾਰੇ ਸ਼ਿਕਾਰੀ ਭਰਾ ਸੀ ਤੁਹਾਡੇ ਕੋਲ ਚਾਹੁੰਦੇ ਇਜਾਜ਼ਤ ਆਪਣਾ ਅਤੇ ਆਪਣੇ ਗਰੀਬ ਭਰਾਵਾਂ ਦਾ ਖਿਆਲ ਕਰਨਾ ਅੱਲਾ ਨਿਗਹਿਬਾਨ।